ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਨਮਸਤੇ ਐਂਡ ਵੈਰੀ ਗੁੱਡ ਆਫਟਰਨੂਨ ਜਿੱਦਾਂ ਅੰਕਲ ਨੇ ਦੱਸਿਆ ਮੇਰਾ ਨਾਮ ਨਿਸ਼ਾ ਹੈਗਾ ਐਂਡ ਆਈ ਐਮ ਵਰਕਿੰਗ ਐਜ਼ ਅ ਐਮਰਜੈਂਸੀ ਕਮਿਊਨੀਕੇਸ਼ਨਸ ਆਫਿਸਰ ਆਈ ਐਮ ਐਨ EMS ਐਂਡ ਅ ਫਾਇਰ ਸਪੈਸ਼ਲਿਸਟ ਆਈ ਹੈਵ ਬੀਨ ਡੂਇੰਗ ਦਿਸ ਫੋਰ 3 ਈਅਰਸ ਮੇਰੀ ਕੋਸ਼ਿਸ਼ ਰਹੇਗੀ ਕਿ ਮੈਂ ਤੁਹਾਨੂੰ ਪੰਜਾਬੀ ਜਿੰਨਾ ਦੱਸ ਸਕਦੀ ਮੈਂ ਦੱਸੂੰਗੀ ਅਸੀਂ ਅੱਜ ਡਿਸਕਸ ਕਰਾਂਗੇ 911 ਜੋ ਤੁਸੀਂ ਕਾਲ ਕਰਦੇ ਹੋ ਅਤੇ ਕੀ ਹੁੰਦਾ ਕਿੱਦਾਂ ਕਾਲ ਪ੍ਰੋਸੈਸ ਹੁੰਦੀ ਹੈ ਸੋ ਜਦੋਂ ਕਾਲ 911 ਪਲੇਸ ਹੁੰਦੀ ਹੈਗੀ ਹੈ ਸਭ ਤੋਂ ਪਹਿਲਾਂ ਐਮਰਜੈਂਸੀ ਕਮਿਊਨੀਕੇਸ਼ਨਸ ਆਫਿਸਰ ਮੀ ਔਰ ਹੈਦਰ ਔਰ ਜਿਹੜੇ ਮੇਰੇ ਵੀ ਕੋਲੀਗਸ ਹੈਗੇ ਆ ਉਹਨਾਂ ਨੂੰ ਪਤਾ ਲੱਗਦਾ ਵੀ ਕੀ ਹੋ ਰਿਹਾ ਪੁਲਿਸ ਫਾਇਰ ਔਰ ਐਂਬੂਲੈਂਸ ਦਾ ਹਜੇ ਕੁਛ ਪਤਾ ਵੀ ਨਹੀਂ ਹੁੰਦਾ ਵੀ ਹੋ ਕੀ ਰਿਹਾ ਸੋ ਵੀ ਆਰ ਦ ਫਸਟ ਵਨਸ ਟੂ ਨੋ ਸੋ ਵੀ ਆਰ ਆਲਸੋ ਨੋਨ ਐਜ਼ ਦ ਫਸਟ ਔਰ ਫਸਟ ਰਿਸਪੋਂਡਰਸ ਵੀ ਆਰ ਰੈਡੀ ਟੂ ਆਂਸਰ ਕਾਲਸ 24/7 24 ਘੰਟੇ 7 ਦਿਨ ਅਸੀਂ ਕੰਮ ਕਰਦੇ ਹੈਗੇ ਸਾਨੂੰ ਕੋਈ ਛੁੱਟੀ ਨਹੀਂ ਹੁੰਦੀ ਨਿਊ ਈਅਰ ਦਿਵਾਲੀ ਤਿਉਹਾਰ ਕੁਛ ਵੀ ਹੋਵੇ ਅਸੀਂ ਸਾਰਾ ਦਿਨ ਕੰਮ ਕਰਦੇ ਹਾਂ ਪੂਰੀ ਰਾਤ ਜਦੋਂ ਵੀ ਤੁਹਾਨੂੰ ਹੈਲਪ ਚਾਹੀਦੀ ਹੈਗੀ ਹੈ ਪਲੀਜ਼ ਕਾਲ 911 ਕੋਈ ਨਾ ਕੋਈ ਉੱਥੇ ਹੋ ਕੇ ਤੁਹਾਡੀ ਹੈਲਪ ਕਰਨ ਲਈ ਸਾਡੀ ਜਿਹੜੀ ਟੀਮ ਹੈਗੀ ਹੈ ਔਰਗਨਾਈਜੇਸ਼ਨ ਇਜ਼ ਡਿਵਾਈਡਡ ਇਨ ਟੂ 4 ਟੀਮਸ ਜਿਹਦੇ ਵਿੱਚ 300 ਤੋਂ ਬਹੁਤ ਜ਼ਿਆਦਾ ਕਮਿਊਨੀਕੇਸ਼ਨ ਆਫਿਸਰਸ ਹੈਗੇ ਜਿਹੜੇ 24/7 365 ਆਰ ਦੇਅਰ ਟੂ ਹੈਲਪ ਯੂ ਓਕੇ ਸੋ ਜਦੋਂ 911 ਕਾਲ ਆਉਂਦੀ ਹੈ ਫਸਟ ਕੁਐਸਚਨ ਵੀ ਆਸਕ ਇਜ਼ 911 ਫੋਰ ਵਟ ਸਿਟੀ ਵੀ ਤੁਸੀਂ ਕਿਹੜੇ ਸ਼ਹਿਰ ਦੇ ਵਿੱਚ ਹੈਗੇ ਹੋ ਦ ਰੀਜ਼ਨ ਵੀ ਆਸਕ ਦਿਸ ਕੁਐਸਚਨ ਆਈ ਨੋ ਕਿ ਬਹੁਤ ਫਰਸਟ੍ਰੇਸ਼ਨ ਹੁੰਦੀ ਹੈ ਯੂ ਨੋ ਫਟਾਫਟ ਕਾਲ ਕਰਦੇ ਹੋ ਤੁਸੀਂ ਐਂਡ ਯੂ ਜਸਟ ਵਾਂਟ ਟੂ ਸੇ ਵਟ ਐਵਰ ਹੋ ਕੇ ਰਿਹਾ ਯੂ ਨੋ ਸਮਬਡੀ ਇਜ਼ ਕੋਲੈਪਸ ਔਰ ਕਾਰ ਐਕਸੀਡੈਂਟ ਹੋਇਆ ਬਟ ਜਸਟ ਸਟੋਪ ਐਂਡ ਲਿਸਨ ਫਸਟ ਕੁਐਸਚਨ ਫੋਰ ਵਟ ਸਿਟੀ ਦ ਰੀਜ਼ਨ ਵੀ ਆਸਕ ਇਜ਼ ਵੀ ਡਿਸਪੈਚ ਨੋਟ ਓਨਲੀ ਫੋਰ ਸਿਟੀ ਆਫ ਕੈਲਗਰੀ ਬਟ ਮੋਸਟ ਆਫ ਸਦਰਨ ਅਲਬਰਟਾ ਪੂਰੇ ਸਦਰਨ ਅਲਬਰਟਾ ਦੇ ਵਿੱਚ ਅਸੀਂ ਡਿਸਪੈਚ ਕਰਦੇ ਸਾਡਾ ਸੈਂਟਰ ਨੋਟ ਸਿਟੀ ਆਫ ਕੈਲਗਰੀ ਸੋ ਜਦ ਤੁਸੀਂ ਕਹਿੰਦੇ ਹੋ ਵੀ ਤੁਸੀਂ ਕੈਲਗਰੀ ਦੇ ਵਿੱਚ ਹੈਗੇ ਹੋ ਇਟ ਇਜ਼ ਨੋਟ ਓਬਵੀਅਸ ਸਾਨੂੰ ਪਤਾ ਨਹੀਂ ਹੁੰਦਾ ਵੀ ਤੁਸੀਂ ਕੈਲਗਰੀ ਦੇ ਵਿੱਚ ਹੋ ਤੁਸੀਂ ਜੈਸਟਰਮੀਅਰ 'ਚੋਂ ਸਟ੍ਰੈਥਮੋਰ 'ਚੋਂ ਸੋ ਦੈਟ ਇਜ਼ ਵਾਈ ਵੀ ਆਸਕ ਦਿਸ ਕੁਐਸਚਨ ਫੋਰ ਵਟ ਸਿਟੀ ਸੋ ਕੈਲਗਰੀ 911 ਦਾ ਜਿਹੜਾ PSAP ਔਰ 911 ਏਰੀਆ ਹੈਗਾ ਉਹ ਹੈਗਾ ਸਿਟੀ ਆਫ ਕੈਲਗਰੀ MD ਆਫ ਰੋਕੀ ਵਿਊ MD ਆਫ ਬਿਗ ਹੋਰਨ ਐਂਡ ਕੈਨਨਾਸਕਸ ਜੇ ਤੁਸੀਂ ਕਿਸੇ ਵੀ ਇਸ ਏਰੀਏ ਦੇ ਵਿੱਚ ਹੈਗੇ ਹੋ ਇਹ ਤੁਸੀਂ ਡਾਇਲ ਕਰਦੇ ਹੋ 911 ਉਹ ਸਾਡੇ ਕੈਲਗਰੀ 911 ਸੈਂਟਰ ਦੇ ਵਿੱਚ ਆਉਂਦਾ ਕੈਲਗਰੀ 911 ਪ੍ਰਾਇਮਰੀਲੀ ਡਿਸਪੈਚਸ ਕੈਲਗਰੀ ਫਾਇਰ ਡਿਪਾਰਟਮੈਂਟ ਅਲਬਰਟਾ ਹੈਲਥ ਸਰਵਿਸਿਸ EMS ਐਂਡ ਕੈਲਗਰੀ ਪੁਲਿਸ ਬਟ ਮੈਂ ਇੱਥੇ ਸਪੈਸੀਫਾਈ ਕਰਨਾ ਚਾਹੁੰਦੀ ਹਾਂ ਕਿ ਵੀ ਡੋਂਟ ਵਰਕ ਅੰਡਰ ਦੈਮ ਵੀ ਡੋਂਟ ਵਰਕ ਫੋਰ ਦੈਮ ਅਸੀਂ ਉਹਨਾਂ ਨਾਲ ਕੰਮ ਕਰਦੇ ਹਾਂ ਨਾ ਕਿ ਉਹਨਾਂ ਲਈ ਕੰਮ ਕਰਦੇ ਹਾਂ ਸੋ ਮੈਂ ਵੀ ਤੁਹਾਡੇ ਵਰਗੀ ਸਿਵਿਲੀਅਨ ਹੈਗੀ ਹਾਂ ਆਈ ਐਮ ਨੋਟ ਅ ਸਵੋਨ ਪੁਲਿਸ ਆਫਿਸਰ ਆਈ ਐਮ ਨੋਟ ਅ ਪੈਰਾਮੈਡਿਕ ਆਈ ਐਮ ਨੋਟ ਅ ਫਾਇਰ ਫਾਈਟਰ ਮੈਂ ਤੁਹਾਡੇ ਵਾਂਗੂ ਆਮ ਕੁੜੀ ਹੈਗੀ ਹਾਂ ਓਕੇ ਸੋ ਕੈਲਗਰੀ ਪੁਲਿਸ ਡਿਸਪੈਚ ਏਰੀਆ ਕੈਲਗਰੀ ਪੁਲਿਸ ਹੈਡਰ ਇਜ਼ ਵਰਕਿੰਗ ਸ਼ੀ ਓਨਲੀ ਡਿਸਪੈਚਿਸ ਕੈਲਗਰੀ ਪੁਲਿਸ ਸੋ ਦ ਲਿਮਿਟ ਆਫ ਕੈਲਗਰੀ ਪੁਲਿਸ ਡਿਸਪੈਚ ਏਰੀਆ ਫੋਰ ਕੈਲਗਰੀ 911 ਇਜ਼ ਸਿਟੀ ਆਫ ਕੈਲਗਰੀ ਉਹਦੇ ਬਾਉਂਡਰੀਜ਼ ਤੋਂ ਬਾਹਰ ਇਟਸ RCMP ਸੋ ਜਦੋਂ ਅਸੀਂ ਤੁਹਾਨੂੰ ਪੁੱਛਦੇ ਹਾਂ ਫਰ ਵਟ ਸਿਟੀ ਐਂਡ ਯੂ ਸੇ ਕੈਲਗਰੀ ਐਂਡ ਤੁਸੀਂ ਜੈਸਟਰਮੀਅਰ ਹੁੰਦੇ ਹੋ ਐਂਡ ਯੂ ਵਾਂਟ ਪੁਲਿਸ ਦੈਟ ਇਜ਼ ਨੋਟ ਕੈਲਗਰੀ ਪੁਲਿਸ ਦੈਟਸ RCMP ਦੈਟਸ ਗੋਇੰਗ ਸੋ ਇਟਸ ਰੀਅਲੀ ਇੰਪੋਰਟੈਂਟ ਸਾਨੂੰ ਪਤਾ ਹੋਣਾ ਚਾਹੀਦਾ ਤੁਸੀਂ ਕਿਹੜੇ ਸ਼ਹਿਰ ਦੇ ਵਿੱਚ ਹੋ ਈਵਨ ਏਅਰਡਰੀ ਆਈ ਨੋ ਏਅਰਡਰੀ ਅੱਜ ਕੱਲ੍ਹ ਯੂ ਨੋ ਕੈਲਗਰੀ ਦਾ ਹੀ ਪਾਰਟ ਹੋ ਗਿਆ ਕਾਫੀ ਲੋਕ ਕਹਿੰਦੇ ਮੈਂ ਏਅਰਡਰੀ ਦੇ ਵਿੱਚ ਮੈਂ ਕੈਲਗਰੀ ਦੇ ਵਿੱਚ ਹੀ ਹਾਂ ਬਟ ਸਟਿਲ ਏਅਰਡਰੀ ਇਜ਼ ਸਟਿਲ ਆਊਟ ਆਫ ਦ ਸਿਟੀ ਲਿਮਿਟਸ ਐਂਡ ਇਟਸ RCMP ਸੋ ਯੂ ਕੈਨ ਕਾਲ 911 Anytime there is something suspicious, there is a crime in progress, something with weapons, or you feel unsafe, okay? Don't hesitate to call us. If you are not sure, phone and we will help you. You probably know there are two police lines. There is 911, and then there is the non-emergency, the 266-1234. If you are not sure which number to call, call 911. We are the same people answering both lines. 911 just takes precedence. Okay, so 911 comes first. That's all. Hanji, oh, keh rahe ne ki 911 de police de do lines hai gi hai. Ek non-emergency hai gi hai. Ek emergency hai gi hai. Emergency is 911. Jo non-emergency hai gi hai, wo 403-266-1234. Je tanu nahi pata, to you're not sure, bhi tusi tanu non-emergency call karni chahiye hai, 911 call karni chahiye hai. Je tusi ye soch vi rahe ho dimag de vich ki, you know, pata nahi emergency hai gi hai, nahi hai gi, always call 911. Jodoh hi ek question tade dimag ch aanda hai, ki pata nahi emergency hai gi, nahi hai gi, pick 911. Always 911. Aur, ਸੇਮ ਟੀਮ ਹੈਗੀ ਹੈ ਮੈਂ ਨੋਨ ਐਮਰਜੈਂਸੀ ਐਂਸਰ ਕਰਦੀ ਹਾਂ ਮੈਂ ਹੀ 911 ਕਰਦੀ ਹਾਂ ਬਟ ਇਟਸ ਜਸਟ 911 ਕਮਸ ਫਸਟ
ਜਿੱਦਾਂ ਇੰਡੀਆ ਤੋਂ ਨਵੇਂ ਆਏ ਆ ਤਾਂ ਗਲਤੀ ਨਾਲ 911 ਕਾਲ ਹੋ ਜਾਂਦਾ ਇੰਡੀਆ ਦਾ ਨੰਬਰ ਕਾਲ ਕਰਨਾ ਹੁੰਦਾ ਤੇ ਉਹਦੇ ਵਾਸਤੇ ਸਾਨੂੰ ਕੀ ਕਰਨਾ ਚਾਹੀਦਾ ਕੀ ਪ੍ਰੀਕਾਸ਼ਨਸ ਸਭ ਤੋਂ ਪਹਿਲੀ ਗੱਲ ਹੈਗੀ ਹੈ ਕਿ ਫੋਨ ਰੱਖਣਾ ਨਹੀਂ ਹੈ ਆਪਣੀ ਹੁੰਦੀ ਹੈ ਯੂ نو ਆਪਾਂ ਫੋਨ ਚੱਕਦੇ ਆ ਰੱਖਦੇ ਆ ਉਹ ਗਲਤੀ ਨਾਲ 911 ਹੋ ਗਿਆ ਸਭ ਤੋਂ ਪਹਿਲੀ ਗੱਲ ਦਿਮਾਗ ਜਾਂਦੀ ਫੋਨ ਥੱਲੇ ਰੱਖਣੀ ਹੈ ਫੋਨ ਨਹੀਂ ਰੱਖਣਾ ਥੱਲੇ ਕਿਉਂਕਿ ਤੁਹਾਡੀ ਜਿਹੜੀ ਲੈਂਡਲਾਈਨ ਹੈਗੀ ਹੈ ਤੁਹਾਡੀ ਜਿਹੜੀ ਬਿਜ਼ਨਸ ਲਾਈਨ ਹੈ ਪੇ ਫੋਨ ਹੈ ਸਾਡੇ 911 ਦੇ ਲਾਈਨ ਦੇ ਨਾਲ ਲੌਕ ਹੋ ਜਾਂਦੀ ਹੈ ਤੇ ਜਦ ਤੁਸੀਂ ਦੁਬਾਰਾ ਫੋਨ ਚੱਕਦੇ ਹੋ ਤੁਸੀਂ ਕਿਤੇ ਹੋਰ ਕਦੇ ਕਾਲ ਕਰ ਨਹੀਂ ਸਕਦੇ ਇਟਸ ਸਟਿਲ ਮੀ ਉਹ ਲਾਈਨ ਲੌਕ ਹੋ ਜਾਂਦੀ ਹੈ ਤੁਸੀਂ ਕਿਤੇ ਹੋਰ ਕਰ ਹੀ ਨਹੀਂ ਸਕਦੇ ਕਾਲ ਸੋ ਫੋਨ ਰੱਖਣਾ ਨਹੀਂ ਹੈ ਕਿਉਂਕਿ ਜੇ ਤੁਸੀਂ ਫੋਨ ਰੱਖ ਦੋਗੇ ਤੇ ਮੈਂ ਦੂਜੇ ਐਂਡ ਤੇ ਜੇ ਮੈਂ ਹੈਗੀ ਹੈ ਮੈਨੂੰ ਨਹੀਂ ਪਤਾ ਤੁਸੀਂ ਫੋਨ ਗਲਤੀ ਨਾਲ ਕੀਤਾ ਜਾਂ ਕੋਈ ਗੱਲ ਹੋਈ ਹੈ ਤੇ ਮੈਂ ਫਿਰ ਸਾਰਿਆਂ ਨੂੰ ਭੇਜਣਾ ਸ਼ੁਰੂ ਕਰ ਦਿੰਦਾ ਪੁਲਿਸ ਫਾਇਰ ਐਂਡ ਐਂਬੂਲੈਂਸ ਕਿ ਮੈਂ ਸੋਚਣਾ ਕਿ ਐਮਰਜੈਂਸੀ ਹੈ ਤੇ ਮੈਂ ਸਾਰਿਆਂ ਨੂੰ ਭੇਜ ਦਿੰਦਾ ਸੋ ਮੇਨ ਗੱਲ ਇਹ ਹੈਗੀ ਹੈ ਇੰਡੀਆ ਫੋਨ ਹੁੰਦਾ ਤੇ ਡਾਇਲ ਹੋ ਜਾਂਦਾ ਗਲਤੀ ਨਾਲ ਕੋਈ ਗੱਲ ਨਹੀਂ ਸਾਰਿਆਂ ਕੋਲ ਹੁੰਦੀ ਹੈ ਮੇਰੇ ਕੋਲ ਵੀ ਹੋਇਆ ਹੈ ਮੈਂ ਵੀ ਕੀਤਾ ਹੋਇਆ ਇਟਸ ਓਕੇ ਤੁਹਾਨੂੰ ਕਿਸੇ ਨੇ ਨਹੀਂ ਆ ਕੇ ਕਹਿਣਾ ਵੀ ਯੂ ਨੋ ਤੁਸੀਂ ਕਿਉਂ ਡਾਇਲ ਕੀਤਾ ਬਟ ਇਫ ਇਟਸ ਅ ਸੈਲ ਫੋਨ ਜੇ ਤੁਸੀਂ ਸੈਲ ਫੋਨ ਤੋਂ ਡਾਇਲ ਕਰਦੇ ਹੋ ਦੈਨ ਵਟ ਵੀ ਵਿਲ ਡੂ ਅਸੀਂ ਤੁਹਾਨੂੰ ਕਾਲ ਬੈਕ ਕਰਾਂਗੇ ਕਾਲ ਬੈਕ ਕਰਕੇ ਤੁਹਾਨੂੰ ਪੁੱਛਾਂਗੇ ਵੀ ਤੁਸੀਂ ਸੇਫ ਹੋ ਤੇ ਤੁਹਾਨੂੰ ਕੋਈ ਧਮਕੀ ਤਾਂ ਨਹੀਂ ਦੇ ਰਿਹਾ ਤੁਹਾਨੂੰ ਕੋਈ ਫੋਰਸ ਨਹੀਂ ਕਰ ਰਿਹਾ ਸਾਡੇ ਨਾਲ ਗੱਲ ਕਰਨ ਲਈ ਤੇ ਜੇ ਇਫ ਐਜ਼ ਐਨ ਕਮਿਊਨੀਕੇਸ਼ਨਸ ਆਫਿਸਰ ਮੈਨੂੰ ਲੱਗਦਾ ਤੁਹਾਡੀ ਆਵਾਜ਼ ਤੋਂ ਕਿ ਸਭ ਕੁਝ ਠੀਕ ਹੈ ਆਈ ਵਿਲ ਜਸਟ ਲੈਟ ਯੂ ਗੋ ਬਟ ਦੈਟ ਇਜ਼ ਓਨਲੀ ਫੋਰ ਸੈਲ ਫੋਨ ਜੇ ਤੁਸੀਂ ਘਰੋਂ ਡਾਇਲ ਕਰਦੇ ਹੋ ਤੁਸੀਂ ਕੁਛ ਵੀ ਕਹਿ ਲਓ ਕੁਛ ਵੀ ਕਰ ਲਓ ਪੁਲਿਸ ਨੇ ਆਉਣਾ ਹੀ ਆਉਣਾ ਹੈ ਉਹਨਾਂ ਨੇ ਆ ਕੇ ਤੁਹਾਡੇ ਗੁੰਡਾ ਖੜਕਾ ਕੇ ਦੋ ਮਿੰਟ ਗੱਲ ਕਰਕੇ ਉਹਨਾਂ ਨੇ ਚਲ ਜਾਣਾ ਕੁਛ ਨਹੀਂ ਕਰਨਾ ਦੇ ਕੈਰੀ ਔਨ ਵਿਦ ਦ ਡੇ ਤੁਸੀਂ ਆਪਣੇ ਕੈਰੀ ਔਨ ਵਿਦ ਦ ਡੇ ਘਬਰਾਉਣ ਦੀ ਲੋੜ ਨਹੀਂ ਬਿਲਕੁਲ ਵੀ ਉਹਨਾਂ ਦੇ ਨਾਈਸ ਪੀਪਲ ਉਹਨਾਂ ਨੇ ਆ ਕੇ ਸਿਰਫ ਤੁਹਾਡਾ ਗੱਲ ਕਰਨੀ ਹੈ ਮੇਕਿੰਗ ਸ਼ੋਰ ਐਵਰੀਥਿੰਗ ਇਜ਼ ਓਕੇ ਐਂਡ ਦੈਟਸ ਇਟ ਅਸੀਂ ਸਿਰਫ ਤੁਹਾਡੀ ਸੇਫਟੀ ਚਾਹੁੰਦੇ ਹਾਂ ਉਹ ਕਹਿੰਦੇ ਜੀ ਅਸੀਂ ਕਹਿੰਦੇ ਅਸੀਂ ਠੀਕ ਹਾਂ ਲੇਕਿਨ ਪੁਲਿਸ ਫੇਰ ਵੀ ਆ ਜਾਂਦੀ ਹੈ ਹਾਂਜੀ ਕੁਝ ਵੀ ਕਹਿ ਲਓ ਤੁਸੀਂ ਮੰਨਿਆ ਕਿ ਤੁਸੀਂ ਠੀਕ ਹੋ ਸਭ ਕੁਝ ਠੀਕ ਹੈ ਅਸੀਂ ਮੰਨਦੇ ਹਾਂ ਅਸੀਂ ਟੋਟਲੀ ਅੰਡਰਸਟੈਂਡ ਕਰਦੇ ਹਾਂ ਬਟ ਸਟਿਲ ਉਹਨਾਂ ਨੇ ਆਉਣਾ ਹੈ ਉਹਨਾਂ ਨੇ ਚੈੱਕ ਕਰਨਾ ਦੈਟ ਸੋ ਹੀ ਰੀਲੀ ਅਪਰੀਸ਼ੀਏਟ ਫਾਰ ਦੈਟ ਥੈਂਕ ਯੂ ਸੌਰੀ ਕਿਸੇ ਕੋਲ ਹੋਰ ਕੁਐਸਚਨ ਹੋਏ ਜੀ ਓਕੇ ਐਨੀਬਡੀ ਨੈਕਸਟ ਓਕੇ ਪ੍ਰੋਸੀਡ ਓਕੇ ਐਂਡ ਮੈਂ ਸਾਰਿਆਂ ਨੂੰ ਦੱਸਣਾ ਚਾਹੁੰਦੀ ਹਾਂ ਕਿ ਕੈਲਗਰੀ ਪੁਲਿਸ ਸਰਵਿਸ ਕੈਲਗਰੀ 911 ਐਂਡ ਕੈਲਗਰੀ ਫਾਇਰ ਡਿਪਾਰਟਮੈਂਟ ਡਸ ਨਾਟ ਚਾਰਜ ਟੂ ਕਮ ਆਊਟ ਉਹਨਾਂ ਨੇ ਤੁਹਾਡੇ ਕੋਲ ਆ ਕੇ ਕੋਈ ਪੈਸੇ ਨਹੀਂ ਲੈਣੇ ਫਾਇਰ ਡਿਪਾਰਟਮੈਂਟ ਐਂਡ ਪੁਲਿਸ ਐਂਡ 911 ਐਂਬੂਲੈਂਸ ਆਫ ਕੋਰਸ ਚਾਰਜਿਸ ਸਾਰਿਆਂ ਨੂੰ ਵੀ ਪਤਾ ਹੈ ਉਹ ਬਾਅਦ ਆਪਾਂ ਗੱਲ ਕਰਦੇ ਹਾਂ ਓਕੇ The only other thing is that when you call 911, your information is very secure. We don't share your information, we don't tell anyone. So if you are having a domestic problem and you need to call, your information is safe with us, okay? And we will not share that with anyone. ਜਿਵੇਂ ਹੈਦਰ ਨੇ ਕਿਹਾ ਤੁਹਾਡੀ ਇਨਫੋਰਮੇਸ਼ਨ ਕਿਸੇ ਨਾਲ ਵੀ ਸ਼ੇਅਰ ਨਹੀਂ ਕਰਦੇ ਤੁਸੀਂ ਕਾਲ ਕੀਤਾ ਤੁਹਾਡੇ ਗੁਆਂਢੀ ਨੂੰ ਨਹੀਂ ਪਤਾ ਲੱਗਾ ਤੇਰਾ ਵੀ ਕਿਸੇ ਨੇ ਕਾਲ ਕੀਤਾ ਤੁਹਾਡੀ ਪੂਰੀ ਇਨਫੋਰਮੇਸ਼ਨ ਜਿਹੜੀ ਹੈਗੀ ਸਾਡੇ ਕੋਲ ਸਿਕਿਓਰ ਹੈਗੀ ਹੈ ਅਸੀਂ ਹਾਇਰ ਇਸ ਕਰਕੇ ਕੌਨਫੀਡੈਂਸ਼ੀਐਲਿਟੀ ਦੇ ਬੇਸਿਸ ਤੇ ਅਸੀਂ ਹਾਇਰ ਹੋਏ ਹਾਂ ਕਿ ਵੀ ਵਿਲ ਨਾਟ ਲੀਕ ਐਨੀ ਆਫ ਯੋਰ ਇਨਫੋਰਮੇਸ਼ਨ ਸੋ ਇਸ ਦੀ ਪੁਲਿਸ ਲੈਟਸ ਮੂਵ ਔਨ ਟੂ ਫਾਇਰ ਸੋ ਕੈਲਗਰੀ 911 ਦਾ ਫਾਇਰ ਡਿਸਪੈਚ ਏਰੀਆ ਇਸ ਸੇਮ ਐਸ ਕੈਲਗਰੀ 911 ਏਰੀਆ ਸੋ ਸਿਟੀ ਆਫ ਕੈਲਗਰੀ ਰੌਕੀ ਵਿਊ ਕਾਉਂਟੀ ਬਿਗ ਹੋਰਨ ਐਂਡ ਕੈਨਨਾਸਕਸ ਜੇ ਉੱਥੇ ਤੁਸੀਂ ਹੈਗੇ ਹੋ ਤੁਹਾਨੂੰ ਫਾਇਰ ਚਾਹੀਦੀ ਹੈਗੀ ਹੈ The call will come to our center, ਸਾਡੇ ਕੋਲ ਆਏਗੀ ਤੁਸੀਂ ਕਹੋ ਮੈਨੂੰ ਫਾਇਰ ਚਾਹੀਦੀ ਹੈ ਐਂਡ ਵੀ ਵਿਲ ਡਿਸਪੈਚ ਕੈਲਗਰੀ ਫਾਇਰ ਡਿਪਾਰਟਮੈਂਟ ਦੇ ਇਲਾਵਾ ਅਸੀਂ ਬਹੁਤ ਛੋਟੇ ਛੋਟੇ ਜਿਹੜੇ ਫਾਇਰ ਹਾਲਸ ਹੈਗੇ ਆ ਵਾਲੰਟੀਅਰ ਫੋਰ ਐਗਜ਼ਾਮਪਲ ਕੋਕਰੇਨ ਫਾਇਰ ਹਾਲ ਦੇਰ ਇਜ਼ ਏਅਰਟਰੀ ਦੇਰ ਇਜ਼ ਐਕਸ਼ਾ ਰੈਡਵੁੱਡ ਮੈਡੋਜ਼ ਉਹ ਵੀ ਅਸੀਂ ਡਿਸਪੈਚ ਕਰਦੇ ਹੈਗੇ ਹਾਂ ਸੋ ਇਟਸ ਨੋਟ ਜਸਟ ਕੈਲਗਰੀ ਫਾਇਰ ਡਿਪਾਰਟਮੈਂਟ ਹੀ ਅਸੀਂ ਡਿਸਪੈਚ ਨਹੀਂ ਕਰਦੇ ਛੋਟੇ ਛੋਟੇ ਜਿੰਨੇ ਵੀ ਕਸਬੇ ਹੈਗੇ ਉੱਥੇ ਵੀ ਅਸੀਂ ਫਾਇਰ ਡਿਸਪੈਚ ਕਰਦੇ ਹਾਂ ਸੋ ਤੁਸੀਂ ਫਾਇਰ ਡਿਪਾਰਟਮੈਂਟ ਲਈ 911 ਕਦੋਂ ਕਾਲ ਕਰਨੀ ਹੈ ਓਬਵੀਅਸਲੀ ਜਦੋਂ ਕੋਈ ਸਮਥਿੰਗ ਔਨ ਫਾਇਰ ਜੇ ਤੁਹਾਨੂੰ ਕੁਛ ਸਮੈਲ ਆਉਂਦੀ ਹੈ ਅਜੀਬ ਘਰ ਦੇ ਵਿੱਚ ਸਮੈਲ ਆਉਂਦੀ ਹੈ ਤੁਹਾਨੂੰ ਨਹੀਂ ਪਤਾ ਲੱਗਦਾ ਕਿਹੜੀ ਸਮੈਲ ਹੈਗੀ ਹੈ ਇਹ ਪਤਾ ਨਹੀਂ ਧੂੰਆਂ ਹੈਗਾ ਪਤਾ ਨਹੀਂ ਕੁਛ ਹੈਗਾ ਪਤਾ ਨਹੀਂ ਯੂ ਨੋ ਬਾਹਰੋਂ ਸਮੈਲ ਆਈ ਹੈ ਆਪਾਂ ਨੂੰ ਹੁੰਦਾ ਨਾ ਕਈ ਵਾਰੀ ਬਟ ਡੋਂਟ ਵਰੀ ਕਾਲ 911 ਫਾਇਰ ਡਿਪਾਰਟਮੈਂਟ ਅਸੀਂ ਡਿਸਪੈਚ ਕਰਾਂਗੇ ਡਿਪੈਂਡਿੰਗ ਔਨ ਦ ਸਿਚੁਏਸ਼ਨ ਕਿੰਨੇ ਇੰਜਨਸ ਆਉਂਦੇ ਹੈ
they will come, they have their equipment hai, meters hai, unhone aake check karna hai ki sab kuch theek hai, unhone chal jana, tan das ke bhi koi tanu lag rahi hai ya baro is karan smell aa rahi hai ya baro aa rahi hai ya you know ye cheez theek karan wali hai, unhone tanu sab kuch information sari das deni hai. Carbon monoxide काफ़ी बड़ा इशू हैगा एक सिटी ऑफ कैलगरी दे विच इस वेले. कार्बन मोनोक्साइड ये किसी को नहीं पता एक गैस होंगी है जिन्हों तुसी स्मेल नहीं कर सकते, जिन्हों तुसी देख नहीं सकते, जिन्हों तुसी फील नहीं कर सकते, पता ही नहीं भी कार्बन मोनोक्साइड हैगी है घर के. एंड इट इज़ वेरी 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 डेंजरस. तुहानू उदों ही पता लगता जो तो बंदा डिग पैंदा. तो मैं सारे नूं बेनती करती हाँ कि प्लीज़ अपने अपने घर कार्बन मोनोक्साइड डिटेक्टर्स लैके आओ. ज़्यादा महंगा नहीं आता, प्लीज़ एक एक तो लगाओ अपने घर के एटलीस्ट कि वो डिटेक्टर डिटेक्ट कर लवे भी कि गैस हैगी है. तो जे वो डिटेक्टर तुहानूं कहिंदा भी कॉल 911 तो प्लीज़ करो बाहर निकल के 911 फटाफट फोन करो. जे कोई एलीवेटर या किसी गड्डी दे विच स्टक हैगा यू कैन कॉल फायर डिपार्टमेंट फॉर दैट. पर जे तुसी अपनी चाबियां गड्डी दे विच लॉक करके चले गए हो ओह दैट द फायर डिपार्टमेंट विल नॉट कम फॉर दैट. जो कोई बच्चा लॉक हो गया है यू नो गड्डी चल रही है तो कोई होर कोई तुहाडा पेट हैगा डॉग कैट वट एवर वो तुहाडी गड्डी दे विच लॉक हो गया है तो कॉल फायर डिपार्टमेंट कॉल 911 वी विल कम एंड वी विल रेस्क्यू. वाटर रेस्क्यू कोई तलाब दे विच डिग पिया कोई नदी दे विच डिग पिया पिछे जे होया सीगा एक गड्डी गिर गई सीगी ब्रिज तो आई डोंट नो इफ यू गाइस नो the water rescue call 911 for fire for that. Te if you find je needle tanu syringe mildi hai kite ya koi injection milda hai kite ohi tusi ture ja rahe ho sair te ja rahe ho tanu side te ki sidewalk te kite mil janda hai please call 911 ohnu touch nahi karna. 911 phone karo fire department wale aan ge apne truck de vich ohna ne injection chak ke le jana kyunki assi nahi chahnde chote chote jehde bacche hege parks de vich ohnu touch karo kyunki sanu ki pata ohde vich ki hai. So call 911 they will come and pick it up. Yeah, any time tanu nahi sure hega bhi fire department di emergency hegi hai ki nahi hegi always call 911 always always call. Jab bhai jitna main pehla kiya hai tade dimag ch question aa bhi reha na ki pata nahi emergency hegi ya nahi hegi jo hi question dimag ch aanda fatafat 911 phone karo dusra koi socho hi kuch bhi na just call 911. So jadon bhi tusi 911 phone karde ho and tanu english nahi aandi तुसी कह सकते हो नो इंग्लिश पंजाबी बस. तो वी हैव मैं हैगी हाँ मेरी टीम के मैं हैगी हाँ साढ़े तीन चार भाई बहन होर है जो पंजाबी बोल लेंगे फ्लोर के उत्ते. बट इस तो अलावा साढ़े को एक्सेस हैगी है लैंग्वेज लाइन. सो असी ताड़ी कॉल कॉन्फ्रेंस करांगे लैंग्वेज लाइन के नाल उत्थे इंटरप्रेटर्स हैगे है उन्होंने कहेंगे भी सानू पंजाबी इंटरप्रेटर की लोड़ हैगी है. तो फिर उस तो बाद असी तिने इको टाइम कॉल दे मैं इंटरप्रेटर ना गल करूँगी इंटरप्रेटर साडे नाल गल करे फिर तुसी उन्हां नूं जवाब दोगे और मैं ट्रांसलेट करके दसंगे. मैं बहुत कॉल्स इहो जी कीतियां हुई हैं एंड इट्स वेरी ईजी एंड इट्स नॉट बिल्कुल भी कोई प्रॉब्लम नहीं हैगी. सो बिल्कुल भी फोन रखना नहीं हैगा तो सिंपल कहना नो इंग्लिश पंजाबी दैट्स इट. सो ये सी फायर एंड फायर एंड पुलिस. नाउ मूव ऑन टू EMS कैलगरी 911 डिस्पैचेस EMS for this big of an area jede vi hare de vich highlighted kite hoye hai that is EMS dispatch ambulance dispatch area. So assi BC border to leke Saskatchewan border down to US border assi any jagah dispatch karde hai ke ambulance. So that is why sanu bahut zaruri ho janda hai puchna ki tusi kede shehar de vich ho tanu kitna di help chahidi hai. Hun gayi gal aayi ambulance di. आई नो जदों भी एम्बूलेंस की गल आती है सानू एम्बूलेंस के बिल याद आ जाते हैं. मैं सिर्फ इन्ना कहना चाहूँगी कि इट्स बैटर कि तुसी एम्बूलेंस बुलाओ बल्कि ना बुलाओ क्योंकि बिल नालों जान प्यार ज़्यादा है. मैं असी जिवें मैं कहा मैं पैरामेडिक नहीं हैगी मैं डॉक्टर नहीं हैगी मैं तुहानू एडवाइस नहीं दे सकती फोन के उत्ते. बट मैं जो तुहाडा गोडा दुखदा है कुछ भी हुंदा मैं तुहानू ये नहीं कह सकती भी क्यों दुखदा है तुसी ऐ कर लो ऐ कर लो. बट मैं तुहानू एम्बूलेंस डिस्पैच कर सकती हाँ दे विल कम वो तुहानू चैक करके दस देंगे की प्रॉब्लम है. पर जे तुहानू एम्बूलेंस तुसी आपां नूं हुंदा ना भी यू नो हल्दी वाला दुध पी लो जी ए कर लो वो कर लो हाँ जी ते वो तो तुहानू मैडिकल एडवाइस चाहिए है जे दैन देर इज़ अ नंबर कॉल्ड 811 हैल्थ लिंक इज़ देयर. हैल्थ लिंक ते रजिस्टर्ड नर्सिज हैगी हैं तुसी उन्हां नाल गल कर सकते हो उन्हां नूं कह सकते हो
कि जी मेरा गोडा दुखदा है इन्ने दिनों तो दुखदा है उन्हें सारे तुम्हें क्वेश्चन पूछने हैं फिर वो तुम्हें दसंगे भी तुम्हें डॉक्टर नूं दिखाना चाहिए या तुम्हें इस वेले क्लीनिक जाना चाहिए या फटाफट तुम 911 फोन करो या ये करो घर के फलानी दवाई हैगी तुम फलानी दवाई ले लो दैट्स 811 और हैल्थ लिंक ओके बट जे तुम इन्हों चो कोई भी प्रॉब्लम हैगी है ब्रीदिंग प्रॉब्लम चैसट पेन ब्लीडिंग हो रही है कितों या तुम डिजीनैस हो रही है तुम चक्कर आ रहे हैं मैं प्लीज़ तुम रिक्वेस्ट करती हाँ कॉल 911 फॉर दैट क्योंकि तुम नहीं पता कोई अंडरलाइन मेडिकल कंडीशन ही निकल आए वट वी कॉल दीज फोर थिंग्स आर अ प्रायोरिटी सिमटम जे किसी भी ये चार चो एक भी हैगा आ एंबूलेंस गोज लाइक दिस फटाफट उन्हें लाइसेंस लाइट्स एंड सायरन करके जाते हैं क्योंकि ये काफ़ी सीरियस प्रॉब्लम हो सकती है सो जे किसी भी इन कोई प्रॉब्लम थोड़ी सारी प्रॉब्लम आती है चेस्ट पेन हैगा कि तो ब्लीडिंग हो रही है या तुम चक्कर आ रहे हैं प्लीज़ ऑलवेज कॉल 911 यू नीड पुलिस फायर और एंबूलेंस जो तुम नहीं पता वट यू नीड लेट अस नो सानू दसो कार एक्सीडेंट है जी फिर यू माइट नीड ऑल थ्री पुलिस फायर एंड एंबूलेंस तिने चाहिए हो सकते हैं जे तुम नहीं पता इफ यू नी ये पुलिस का मैटर है फायर का मैटर है या एंबूलेंस का मैटर है सानू दसो वी विल डिसाइड नैक्सट कम्स नैक्सट इज अ क्वेश्चन वट इज़ द एड्रेस ऑफ द इमरजेंसी सब तो इंपॉर्टेंट क्वेश्चन सो एड्रेसिज तुम किसी भी फॉर्म ना दे सकते हो तुम घरें है हो या किसी बिजनेस से है हो अपना एड्रेस हमेशा याद रखो प्लीज़ अपने बच्चों को याद करो अपने पोते पोतियों को कराओ याद सैर करते जाते बच्चे दस साड़ा एड्रेस की है जस्ट मेक दैम अवेयर तुम अपने सराउंडिंग्स नू ध्यान नाल देखो तुम कितने है इस वेले मोस्ट ऑफ द टाइम जे घरों फोन किया कोई भी लैंडलाइन तो फोन किया सानू एड्रेस पता लग जाता है बट जो तुम सैलफोन तो किया जिमें मैं अगे दसूँगी सानू सिर्फ अपरोक्सीमेट लोकेशन आती है भी ये सैलफोन भी 300 या 400 मीटर के कितने हैगा साढ़े को एग्जैक्ट इन्फॉर्मेशन नहीं आती है तो तुम दसोंगे भी मैं गुरुद्वारे निकलिया सीगा जी उतों मैं राइट लिता फिर असी ताडे नाल काम करके ओके अंकल जी फिर तुम की करके फिर मैं राइट लैके मैं फिर राइट लिता ओके यू नो वी गैट अ बैटर लोकेशन एवरी टाइम वी जस्ट वर्क ऑन इट टूगैदर तुम घर है घर का एड्रेस या किसी स्कूल के सामने खड़े हो मैं पीयरसन के सामने खड़ा जी या पीयरसन वाले चौक खड़ा मैं पीयरसन के पिछे खड़ा कैलवी टावर दे मैं एक ब्लॉक ईस्ट हैगा एक ब्लॉक वैसट हैगा अक्रॉस द स्ट्रीट फ्रॉम कैलवी टावर ओलंपिक ओवल मैकमैन स्टेडियम कोई भी एवं जो बड़ा लैंडमार्क है यूनिवर्सिटी ऑफ कैलगरी माउंट रॉयल यूनिवर्सिटी मैं माउंट रॉयल यूनिवर्सिटी ओके माउंट रॉयल यूनिवर्सिटी तो बाद अंदर कितने हो इंटरसैक्शनस वर्क बेस्ट जे तुम नहीं पता कितने है गो फॉर द इंटरसैक्शन वॉक टू द नियरेस्ट इंटरसैक्शन 7th Avenue, 6th Street साउथ ईस्ट परफेक्ट वर्क वैल जो तुम फिश क्रीक या नोज हिल या कोई भी पार्क के है जिससे आई मीन फिश क्रीक पार्क जिम्मे मैं अगर दसूँगी वी डू गैट अप्रोक्सीमेट लोकेशन सानू आ जाती है बट एग्जैक्टली पता नहीं लग जो तुम कहोगे मैं फिश क्रीक पार्क के हाँ तो साढ़े को जोड़ी इन्फॉर्मेशन हैगी है वी कैन एटलीस्ट स्टार्ट द एंबूलेंस जो एंबूलेंस ने दूसरे पास आना है तो बाय द टाइम जो असं लोकेशन लभ रहे हैं वो एटलीस्ट एंबूलेंस के बैठ के वो आ रहे हैं सो वी कैन वर्क ऑन द एंबूलेंस एड्रेस टूगैदर फिश क्रीक पार्क और नोज हिल पार्क के उन्होंने सिटी ऑफ कैलगरी ने जस्ट ये बोर्ड्स लगाए इट्स कॉल्ड इमरजेंसी लोकेटर बोर्ड्स जो तुम सैर करते जा रहे हो तो साइड पर कोई साइकिल तो डिग पैंता या कुछ भी हो जाता है यू जस्ट से कि मैं इमरजेंसी लोकेटर BW225 के कोल हाँ एंड वी नो एग्जैक्टली वेयर यू आर जस्ट लुक फॉर दोज बोर्ड्स ईवन बो रिवर के साइड पर जो पाथ होंगे ना उ आउटफॉल नंबरस लिखे होंगे है बोर्ड के उसे ग्रीन कलर का बोर्ड होंगे उसे वाइट के लिखा होंगे B12 E5 एक लैटर होंगे एक नंबर होंगे तुम वो दस दे जी मैं B5 को हाँ सानू एग्जैक्टली पता तुम कितने हो या अजकल सारा को स्मार्टफोनस है GPS ऐप हैगी है सारा को जे तुम रूरल एरिया है तो नहीं पता हाईवे हो कि शहर के कोल हो तो स्मार्टफोन है तो सू लैटीट्यूड एंड लोंगीट्यूड दे सकते हो वर्कस परफेक्टली सो जो भी कॉल 911 आती हैगी है दिस इज़ वट वी सी ऑन आर स्क्रीन ये साडा स्क्रीनशॉट है
So we have estimate address, a phone number, ਤੇ ਕਿਹੜੇ ਟਾਵਰ ਤੋਂ ਤੁਹਾਡੀ ਕਾਲ ਬਾਊਂਸ ਕੀਤੀ ਗਈ ਹੈ ਤੇ ਬਟ ਲੁੱਕ ਦਿਸ ਇਜ਼ ਐਨ ਐਸਟੀਮੇਟ ਐਡਰੈਸ ਐਸਟੀਮੇਸ਼ਨ ਕਿੰਨੇ ਸਰਕਲ ਦੇ ਵਿੱਚ 952 ਮੀਟਰਸ ਇਹਦਾ ਮਤਲਬ ਹਾਂ ਮੈਂ ਹੈਗੀ ਹਾਂ 87 ਏਰਨ ਗਰੋਵ ਸਾਊਥ ਈਸਟ ਦੇ ਵਿੱਚ ਬਟ 952 ਮੀਟਰਸ ਦੇ ਸਰਕਲ ਦੇ ਵਿੱਚ ਇਹ ਸੈੱਲਫੋਨ ਕਿਤੇ ਵੀ ਹੋ ਸਕਦਾ ਵਿਚ ਇਜ਼ ਅ ਹਿਊਜ ਏਰੀਆ ਇਟਸ ਹਿਊਜ ਕਈ ਵਾਰੀ ਰੂਰਲ ਏਰੀਆ ਦੇ ਵਿੱਚ ਸਾਨੂੰ ਸੈੱਲਫੋਨ ਜਿਹੜੀ ਪਲੋਟ ਹੈਗੀ ਹੈ ਉਹ ਬੈਟਰ ਹੁੰਦੀ ਹੈ ਐਂਡ ਇਟਸ ਗੁੱਡ ਫੋਰ ਅਬਾਊਟ 50-60 ਮੀਟਰਸ ਬਟ 50-60 ਮੀਟਰਸ ਔਨ ਅ ਹਾਈਵੇ ਮੈਨੂੰ ਲੱਭਣਾ ਤੁਹਾਨੂੰ ਸੌਖਾ ਹੈ 50 ਮੀਟਰ ਦੇ ਵਿੱਚ ਹਾਈਵੇ 'ਤੇ ਜੇ ਹੈਗੇ ਹਾਂ ਆਪਾਂ ਬਟ ਇਹੀ 50-60 ਮੀਟਰ ਜੇ ਤੁਸੀਂ ਡਾਊਨ ਟਾਊਨ ਚੱਕੋ ਡਾਊਨ ਟਾਊਨ ਇਟਸ ਉੱਪਰ ਵੀ ਹੈਗੇ ਆ ਬਿਲਡਿੰਗਸ ਸਾਈਡ 'ਤੇ ਵੀ ਹੈਗੇ 50-60 ਮੀਟਰ ਦੇ ਵਿੱਚ 3-4 ਬਿਲਡਿੰਗਸ ਆ ਜਾਂਦੀ ਹੈ ਸੋ ਦੈਟ ਇਜ਼ ਵਾਈ ਇੰਨਾ ਇੰਪੋਰਟੈਂਟ ਹੁੰਦਾ ਕਿ ਯੂ ਨੋ ਵੇਅਰ ਯੂ ਆਰ ਕਈ ਵਾਰੀ ਆਪਾਂ ਹਾਈਵੇ 'ਤੇ ਜਾਂਦੇ ਹਾਂ ਅਤੇ ਸੈੱਲਫੋਨ ਦੀ ਰੇਂਜ ਨਹੀਂ ਹੁੰਦੀ ਉੱਥੇ ਕਿੱਦਾਂ ਆਪਾਂ ਕੰਟੈਕਟ ਕਰ ਸਕਦੇ ਸੈੱਲਫੋਨ ਦੀ ਕਵਰੇਜ ਨਹੀਂ ਹੈਗੀ ਹਾਂਜੀ ਜਿੱਦਾਂ ਕਈ ਵਾਰੀ ਹਾਈਵੇ ਜਿੱਦਾਂ BC ਨੂੰ ਜਾਂਦੇ ਹਾਂ ਕਈ ਏਰੀਏ ਆਉਂਦੇ ਉੱਥੇ ਕੋਈ ਕਵਰੇਜ ਨਹੀਂ ਹੁੰਦੀ ਜੇ ਸੈੱਲਫੋਨ ਦੀ ਕਵਰੇਜ ਨਹੀਂ ਹੈਗੀ ਯੂ ਵੋਂਟ ਬੀ ਏਬਲ ਟੂ ਡਾਇਲ 911 ਕਾਲ ਹੀ ਨਹੀਂ ਗੋ ਥਰੂ ਹੋਣੀ ਇਹ ਸੈੱਲਫੋਨ ਪ੍ਰੋਵਾਈਡਰ ਜਿਹੜੇ ਟੈਲਸ ਰੋਜਰਸ ਹੈਗੇ ਆ ਉਹਨਾਂ ਦਾ ਹੈਗਾ ਕਿ ਉਹਨਾਂ ਉੱਥੇ ਟਾਵਰਸ ਨਹੀਂ ਹੈਗੇ ਕਵਰੇਜ ਏਰੀਆ ਜੇ ਕਵਰੇਜ ਨਹੀਂ ਹੈਗੀ ਇਹਦਾ ਮਤਲਬ ਇਹ ਹੁੰਦਾ ਕਿ ਟੈਲਸ ਰੋਜਰਸ ਵਿੰਡ ਜਿਹੜੇ ਵੀ ਕੂਡੋ ਹੈਗੇ ਆ ਉਹਨਾਂ ਦੇ ਉੱਥੇ ਸੈੱਲਫੋਨ ਟਾਵਰਸ ਨਹੀਂ ਹੈਗੇ ਇਸ ਕਰਕੇ ਆਪਾਂ ਨੂੰ ਕਵਰੇਜ ਨਹੀਂ ਮਿਲਦੀ ਜੇ ਕਵਰੇਜ ਹੀ ਨਹੀਂ ਹੈਗੀ ਟਾਵਰਸ ਹੀ ਨਹੀਂ ਹੈਗੇ ਤਾਂ ਤੁਸੀਂ 911 ਨਹੀਂ ਕਾਲ ਕਰ ਸਕਦੇ ਫਿਰ ਅਰਦਾਸ ਕਰਨੀ ਚਾਹੀਦੀ ਹੈ ਹਾਂਜੀ ਫਿਰ ਅਰਦਾਸ ਕਰਨੀ ਚਾਹੀਦੀ ਹੈ ਹਾਈਵੇ ਦੇ ਸਾਈਡ ਤੇ ਫੋਨਸ ਲੱਗੇ ਹੁੰਦੇ ਆ ਰੈਸਟ ਏਰੀਆ ਜਿੱਥੇ ਹੁੰਦਾ ਉੱਥੇ ਫੋਨਸ ਲੱਗੇ ਹੁੰਦੇ ਆ ਔਰ ਉਹ ਫੋਨਸ ਵਾਲ ਦੇ ਨਾਲ ਪਲੱਗ ਇਨ ਹੁੰਦੇ ਆ ਤੇ ਜਿਸ ਤੇ ਤੁਸੀਂ ਰੈਸਟ ਏਰੀਆ ਦੇ ਵਿੱਚ ਹੈਗੇ ਹੋ ਜਸਟ ਪਿਕ ਅਪ ਦਾ ਫੋਨ ਐਂਡ ਵੀ ਨੋ ਐਗਜੈਕਟਲੀ ਵੇਅਰ ਯੂ ਆਰ ਕਿਉਂਕਿ ਸਾਡੇ ਕੋਲ ਲੋਕੇਸ਼ਨ ਇਨਫੋਰਮੇਸ਼ਨ ਵੀ ਪਤਾ ਲੱਗ ਜਾਂਦੀ ਸਾਨੂੰ ਜਿਹੜਾ ਤੁਹਾਡੇ ਕੋਲ ਪੁਰਾਣਾ ਸੈੱਲਫੋਨ ਹੈਗਾ ਜੇ ਤੁਸੀਂ ਹੁਣ ਯੂਜ਼ ਨਹੀਂ ਕਰਦੇ ਆਪਾਂ ਨਿਆਣਿਆਂ ਨੂੰ ਖੇਲਣ ਦਿੰਦੇ ਨਾ ਲੈ ਬੇਟਾ ਖੇਲ ਐਸ ਲੌਂਗ ਐਜ਼ ਇਟ ਹੈਜ਼ ਬੈਟਰੀ ਇਟ ਕੈਨ ਡਾਇਲ 911 ਸਾਡੇ ਕੋਲ ਰੋਜ਼ ਦੀਆਂ 300-400 ਐਕਸੀਡੈਂਟਲ ਮਿਸਟੇਕ ਡਾਇਲ ਕਾਲਸ ਆਉਂਦੀਆਂ 300 ਤੋਂ 400 ਔਰ ਮੋਸਟ ਆਫ ਦੈਮ ਜਿਹੜੀ ਹੁੰਦੀ ਹੈ ਉਹ ਬਰਨ ਆਊਟ ਸੈੱਲਫੋਨ ਤੋਂ ਹੁੰਦੀ ਜਿਹਦੇ ਵਿੱਚ ਕੋਈ ਸਿਮ ਕਾਰਡ ਨਹੀਂ ਹੁੰਦਾ ਬਟ ਸਟਿਲ ਬੈਟਰੀ ਹੁੰਦੀ ਹੈ ਉਹਦੇ ਵਿੱਚ ਸੋ ਬੱਚੇ ਬਹੁਤ ਡਾਇਲ ਕਰਦੇ ਆ ਸੋ ਮੈਂ ਸਾਨੂੰ ਬੇਨਤੀ ਕਰਨਾ ਚਾਹੁੰਦੀ ਹਾਂ ਕਿ ਆਪਣੇ ਪੁਰਾਣੇ ਫੋਨਸ ਬੱਚੇ ਨੂੰ ਖੇਲਣ ਲਈ ਦੇਣੇ ਆ ਬੈਟਰੀ ਕੱਟ ਕੇ ਦਿਓ ਏਅਰਪਲੇਨ ਮੋਡ ਤੇ ਕਰਕੇ ਦੇ ਸਕਦੇ ਹੋ ਬਟ ਜੇ ਤੁਹਾਨੂੰ ਕੋਈ ਐਮਰਜੈਂਸੀ ਹੈਗੀ ਹੈ ਤਾਂ ਤੁਹਾਡੇ ਕੋਲ ਸਿਰਫ ਉਹੀ ਫੋਨ ਹੈਗਾ ਕੋਈ ਹੋਰ ਐਕਸੈਸ ਹੀ ਨਹੀਂ ਹੈਗਾ ਤੁਹਾਡੇ ਕੋਲ ਨਾ ਲੈਂਡਲਾਈਨ ਹੈ ਤੁਹਾਡੇ ਕੋਲ ਸੈੱਲਫੋਨ ਹੈਗਾ ਸਿਰਫ ਉਹ ਪੁਰਾਣਾ ਫੋਨ ਹੈ ਜਿਹਦੇ ਸਿਰਫ 911 ਡਾਇਲ ਕੀਤਾ ਜਾ ਸਕਦਾ ਪਲੀਜ਼ ਯੂਜ਼ ਦੈਟ ਫੋਨ ਐਂਡ ਡਾਇਲ 911 ਬਟ ਫੋਨ ਰੱਖਣਾ ਨਹੀਂ ਕਿਉਂਕਿ ਜੇ ਫੋਨ ਰੱਖਿਆ ਕਨੈਕਸ਼ਨ ਕੱਟਿਆ ਵੀ ਕੈਨ ਨੋਟ ਕਾਲ ਯੂ ਬੈਕ ਇਹ ਟੈਕਨੋਲੋਜੀ ਇਹੋ ਜਿਹੀ ਹੈਗੀ ਹੈ ਕਿ ਸਾਡੇ ਕੋਲ ਫੋਨ ਨੰਬਰ ਨਹੀਂ ਆਉਂਦਾ ਅਤੇ ਜੇ ਤੁਸੀਂ ਉਹ ਬਰਨ ਆਊਟ ਸੈੱਲਫੋਨ ਰੱਖ ਦਿੰਦੇ ਹੋ ਕਨੈਕਸ਼ਨ ਕਿਸੇ ਵੀ ਤਰ੍ਹਾਂ ਕੱਟ ਜਾਂਦਾ ਵੀ ਕੈਨ ਨੋਟ ਕਾਲ ਯੂ ਬੈਕ ਦੇਰ ਇਜ਼ ਨੋ ਵੇ ਐਂਡ ਲੋਕੇਸ਼ਨ ਦਾ ਵੀ ਨਹੀਂ ਪਤਾ ਲੱਗਦਾ ਉਹਦੇ ਤੋਂ ਲੋਕੇਸ਼ਨ ਤਾਂ ਪਤਾ ਲੱਗ ਜਾਂਦਾ ਇਨੀਸ਼ੀਅਲ ਲੋਕੇਸ਼ਨ ਬਟ ਜੇ ਮੈਂ ਤੁਹਾਨੂੰ ਕਾਲ ਕਰਾਂ ਤਾਂ ਫਟਾਫਟ ਆਈ ਹੈਂਗ ਅਪ ਤੇ ਤੁਹਾਡੇ ਕੋਲ ਇੰਨੀ ਐਕਿਊਰੇਟ ਇਨਫੋਰਮੇਸ਼ਨ ਨਹੀਂ ਪਤਾ ਲੱਗਦੀ ਜਿਹੜੇ ਪੇ ਫੋਨ ਹੁੰਦੇ ਜੀ ਉੱਥੋਂ ਕਾਲ ਕਰਦੇ ਉਹਦੇ ਲਈ ਕੁਆਇਨ ਪਾਉਣਾ ਪਊ ਜਾਂ ਸਿੱਧਾ ਨਹੀਂ ਨਹੀਂ ਕੁਆਇਨ ਨਹੀਂ ਪਾਉਣਾ ਪੈਂਦਾ ਕੁਆਇਨ ਨਹੀਂ ਪਾਉਣਾ ਪੈਂਦਾ 911 ਇੱਦਾਂ ਹੀ ਤੁਸੀਂ ਡਾਇਲ ਕਰ ਸਕਦੇ ਹੋ ਪੇ ਫੋਨ ਤੋਂ ਅੱਜ ਕੱਲ੍ਹ ਰਹਿ ਕਿੰਨੇ ਗਏ ਪੇ ਫੋਨ ਤੁਸੀਂ ਜੇ ਘਰੇ ਕੋਈ ਆ ਜਾਂਦਾ ਹੈ ਇੰਟਰੂਡਰ ਆ ਜਾਂਦਾ ਕੋਈ ਘਰੇ ਵੜ ਜਾਂਦਾ ਹੈ ਕਾਲ 911 and lock yourself in a room. Am I correct, Heather? Yeah, lock yourself in a room and keep the phone line open. Because even if you can't talk, we can hear what is happening. Okay? If you can get out of the house, get out of the house. But we're very lucky. Calgary is a very safe city. If you don't want somebody breaking into your house and hurting you, don't do drugs. Okay? Really. Okay, most people don't have violent crime problems if they're not into drugs. ਉਹ ਕਹਿ ਰਹੇ ਨੇ ਕਿ ਜੇ ਤੁਹਾਡੇ ਕੋਲ ਇਹੀ ਇੱਕੋ ਹੀ ਹੈਗਾ ਤੁਸੀਂ 911 ਫੋਨ ਕਰਨਾ ਹੈ ਅਤੇ ਘਰੇ ਕੋਈ ਹੈਗਾ ਜਾਂ ਤਾਂ ਜੇ ਤੁਸੀਂ ਕਰ ਸਕਦੇ ਹੋ ਆਪਣੇ ਆਪ ਨੂੰ ਕਿਸੇ ਕਮਰੇ 'ਚ ਲੌਕ ਕਰ ਲਓ ਪਰ ਜੇ ਖੋ ਸਕਦਾ ਘਰੋਂ ਬਾਹਰ ਚਲੇ ਜਾਓ ਪਿਛਲਾ ਦਰਵਾਜ਼ਾ ਖੋਲ੍ਹ ਕੇ ਬਟ ਖਿੜਕੀ ਤੋਂ ਟੱਪਣਾ ਨਹੀਂ ਹੈਗਾ ਕਿਸੇ ਨੇ ਵੀ ਅਤੇ ਐਂਬੂਲੈਂਸ ਵਾਲੀ ਗੱਲ ਆ ਜਾਣੀ ਫਿਰ ਕੁਐਸਚਨ ਹੋ ਰਿਹਾ ਕੁਐਸਚਨ ਕਿ
ਅਗਰ ਕੋਈ ਸੀਨੀਅਰ ਘਰ ਦੇ ਵਿੱਚ ਇਕੱਲਾ ਰਹਿ ਰਿਹਾ ਹਾਂਜੀ ਲੇਕਿਨ ਉਹਦੇ ਕੋਲ ਦਰਵਾਜ਼ਾ ਲੌਕ ਹੈ ਤੇ ਉਹ ਡਿੱਗ ਪਿਆ ਉੱਠ ਨਹੀਂ ਸਕਦਾ ਤੇ ਕੀ ਤੁਹਾਡੇ ਕੋਲ ਇਹ ਜਿਹੀ ਕੀ ਵੀ ਹੁੰਦੀ ਕਿ ਤੁਸੀਂ ਆਪ ਦਰਵਾਜ਼ਾ ਓਪਨ ਕਰਕੇ ਕਰ ਸਕਦੇ ਹੈਗੇ ਆ ਬਟ ਐਂਬੂਲੈਂਸ ਕੋਲ ਔਰ ਹੁੰਦੀ ਨਹੀਂ ਹੈਗੀ ਇਟਸ ਪੁਲਿਸ ਸੋ ਜੇ ਕੋਈ ਬਜ਼ੁਰਗ ਡਿੱਗ ਪੈਂਦਾ ਘਰੇ ਤੇ ਉਹ ਫੋਨ ਕਰਦਾ 911 ਐਂਬੂਲੈਂਸ ਤਾਂ ਆ ਹੀ ਰਹੀ ਹੈ ਤੇ ਐਂਬੂਲੈਂਸ ਵਾਲਾ ਨੇ ਆਪਣੇ ਆਪ ਹੀ ਪੁਲਿਸ ਤੋਂ ਰਿਕੁਐਸਟ ਕਰ ਦਿੰਦਾ ਵੀ ਸਾਨੂੰ ਜੀ ਚਾਬੀ ਚਾਹੀਦੀ ਹੈ ਪੁਲਿਸ ਹੈਜ਼ ਮਾਸਟਰ ਕੀਜ਼ ਔਰ ਸਮਥਿੰਗ ਤੇ ਉਹ ਦੇ ਪ੍ਰੋਵਾਈਡ ਐਕਸੈਸ ਇਫ ਯੂ ਆਰ ਆਊਟ ਔਨ ਅ ਹਾਈਵੇ ਆਈ ਐਮ ਪ੍ਰੀਟੀ ਸ਼ੋਰ ਸੰਬੜੀ ਵਿਲ ਸਟੋਪ ਸੰਬੜੀ ਵਿਲ ਸਟੋਪ ਔਰ ਸੀ ਐਮ ਪੀ ਜਿਹੜੇ ਹੈਗੇ ਹੈ ਉਹ ਪੈਟਰੋਲਸ ਕਰਦੇ ਹੈਗੇ ਹੈ ਹਾਈਵੇਜ਼ 'ਤੇ ਅਪ ਐਂਡ ਡਾਊਨ ਉਹ ਸਿਰਫ ਇਹ ਜਿਹੜੇ ਸਪੈਸ਼ਲੀ ਏਰੀਆਜ਼ ਦੇ ਵਿੱਚ ਜਿੱਥੇ ਕਵਰੇਜ ਨਹੀਂ ਹੈਗੀ ਦੇ ਪੈਟਰੋਲ ਅਪ ਐਂਡ ਡਾਊਨ ਦਾ ਹਾਈਵੇ ਜੇ ਕਿਸੇ ਨੂੰ ਹੈਲਪ ਚਾਹੀਦੀ ਹੈ ਤਾਂ ਅਤੇ ਯਾਰ ਜਿਵੇਂ ਮੈਂ ਕਿਹਾ ਜੇਕਰ ਵਾਪਿਸ ਦਾ ਦਰਵਾਜ਼ਾ ਖੁੱਲ੍ਹਾ ਹੈਗਾ ਤੁਸੀਂ ਬਾਹਰ ਨਿਕਲ ਜਾਓ ਨਹੀਂ ਤਾਂ ਆਪਣੇ ਆਪ ਨੂੰ ਇੱਕ ਕਮਰੇ 'ਚ ਲੌਕ ਕਰਕੇ ਬਾਥਰੂਮ 'ਚ ਲੌਕ ਕਰ ਲਓ ਤਾਂ ਕਾਲ 911 ਪਰ ਜਿਵੇਂ ਹੈਦਰ ਨੇ ਕਿਹਾ ਫੋਨ ਰੱਖਣਾ ਨਹੀਂ ਹੈਗਾ ਕਿਉਂਕਿ ਜੇ ਤੁਸੀਂ ਨਹੀਂ ਬੋਲ ਰਹੇ ਹੈਗੇ ਹੋ ਜੇ ਤੁਹਾਡੇ ਕਮਰੇ 'ਤੇ ਵੀ ਤੁਹਾਡੇ ਘਰ ਦੇ ਵਿੱਚ ਕੋਈ ਹੈਗਾ ਹੈ ਤੁਸੀਂ ਬੋਲ ਨਹੀਂ ਸਕਦੇ ਕਿਉਂਕਿ ਉਹਨੂੰ ਪਤਾ ਲੱਗ ਜੂਗਾ ਵੀ ਤੁਸੀਂ ਕਿੱਥੇ ਹੋ ਬਟ ਐਟਲੀਸਟ ਕੀਪ ਦਾ ਲਾਈਨ ਓਪਨ ਕਿ ਸਾਨੂੰ ਸੁਣਦਾ ਰਹੇ ਬੈਕਗਰਾਊਂਡ ਦੇ ਵਿੱਚ ਉਹ ਬੰਦਾ ਕੀ ਕਰ ਰਿਹਾ ਸੋ ਫੋਨ ਕੱਟਣਾ ਨਹੀਂ ਹੈਗਾ ਜੇ ਤੂੰ ਤੂੰ ਮੈਂ ਹੋ ਜਾਂਦੀ ਆ ਜਿਹੜੇ ਘਰ ਦੇ ਵਿੱਚ ਇਹਨਾਂ ਨੂੰ ਵੀ ਸਮਝਾਉਣਾ ਚਾਹੀਦਾ ਬਜ਼ੁਰਗਾਂ ਨੂੰ ਕਿ ਤੁਸੀਂ 911 ਕਾਲ ਕਰ ਸਕਦੇ ਆ ਜੇ ਤੁਹਾਨੂੰ ਅਬਿਊਜ਼ ਕਰਦੇ ਆ ਕਿਉਂਕਿ ਜ਼ਿਆਦਾ ਸੀਨੀਅਰ ਬੈਠੇ ਆ ਇੱਥੇ ਬਿਲਕੁਲ ਕੋਈ ਵੀ ਪ੍ਰੋਬਲਮ ਇਹਨਾਂ ਨੂੰ ਵੀ ਥੋੜਾ ਲੈਸਨ ਹੋਣਾ ਚਾਹੀਦਾ ਵੀ ਸੀਨੀਅਰ ਦੀ ਆਪਣੇ ਬਜ਼ੁਰਗਾਂ ਦੀ ਕਿੱਦਾਂ ਕਦਰ ਕਰਨੀ ਆ ਚਲੋ ਬਜ਼ੁਰਗਾਂ ਦੀਆਂ ਵੀ ਡਿਊਟੀਆਂ ਕਈ ਬਣਦੀਆਂ ਇਹਦੇ ਬਾਰੇ ਵੀ ਤੁਹਾਨੂੰ ਦੱਸਣਾ ਚਾਹੀਦਾ ਜੀ ਜੀ ਜਿਵੇਂ ਅੰਕਲ ਜੀ ਨੇ ਕਿਹਾ ਜੇ ਕੁਝ ਵੀ ਇਹੋ ਜਿਹਾ ਹੁੰਦਾ ਤੁਹਾਨੂੰ ਲੱਗਦਾ ਵੀ ਛੋਟੀ ਜੀ ਗੱਲ ਹੈ ਕਾਹਨੂੰ ਗੱਲ ਦਾ ਪਤੰਗੜ ਬਣਾਉਣਾ ਹੈ ਵੀ ਬਟ ਕਾਲ 911 ਜੇ ਤੁਸੀਂ ਨਹੀਂ ਕਰ ਸਕਦੇ ਫੋਨ ਬੇਸਮੈਂਟ 'ਚ ਜਾ ਕੇ ਜਾਂ ਬਾਹਰ ਕਿਤੇ ਜਾ ਕੇ ਤੁਸੀਂ ਆਪਣੇ ਪੋਤੇ ਨੂੰ ਜਾਂ ਪੋਤੀ ਨੂੰ ਸੈਰ 'ਤੇ ਲੈ ਕੇ ਜਾ ਰਹੇ ਹੋ ਤੁਸੀਂ ਤਾਂ ਕਾਲ 911 ਅਤੇ ਸਿਰਫ ਇਹੀ ਕਹਿਣਾ ਕਿ ਆਈ ਨੀਡ ਹੈਲਪ ਦੈਟਸ ਇਟ ਉਹ ਕਿੱਦਾਂ ਦੀ ਹੈਲਪ ਚਾਹੀਦੀ ਹੈ ਤੁਹਾਨੂੰ ਉਹ ਵੀ ਐਕਸਪਲੇਨ ਕਰਨ ਦੀ ਲੋੜ ਨਹੀਂ ਹੈ ਪੁਲਿਸ ਫਾਇਰ ਐਂਬੂਲੈਂਸ ਐਵਰੀਬਡੀ ਵਿਲ ਕਮ ਪਰ ਅੰਕਲ ਜੀ ਨੇ ਬਿਲਕੁਲ ਸਹੀ ਗੱਲ ਕਹੀ ਹੈ ਕੁਛ ਵੀ ਗੱਲ ਹੁੰਦੀ ਹੈ ਛੋਟੀ ਤੋਂ ਛੋਟੀ ਬਿਲਕੁਲ ਕਾਲ 911 ਕਿਉਂਕਿ ਤੁਹਾਡੀ ਜ਼ਿੰਦਗੀ ਹੈਗੀ ਹੈ ਸਾਨੂੰ ਬਹੁਤ ਵੈਲਿਊ ਹੈਗੀ ਹੈ ਵੀ ਵਾਂਟ ਯੂ ਗਾਇਸ ਟੂ ਬੀ ਸੇਫ ਜੇ ਤੁਸੀਂ ਕੈਨੇਡਾ ਆ ਕੇ ਵੀ ਸੇਫ ਨਹੀਂ ਹੈਗੇ ਫਿਰ ਤਾਂ ਲਾਂਤ ਵਾਲੀ ਗੱਲ ਹੈ ਨਹੀਂ ਇੱਕ ਵਾਰ ਸਾਡੇ ਹੋਇਆ ਸੀਗਾ ਫੈਮਲੀ ਦੇ ਵਿੱਚ ਬੱਚੇ ਡਰਾਈਵ ਕਰ ਰਹੇ ਸੀ ਰੋਡ 'ਤੇ ਅਤੇ ਇੱਕ ਉਹਨਾਂ ਨੂੰ ਫਾਲੋ ਕਰਨ ਲੱਗ ਗਿਆ ਪਰਸਨ ਹੈ ਨਾ ਤਾਂ ਉਸ ਸਿਚੁਏਸ਼ਨ ਦੇ ਵਿੱਚ ਪੁਲਿਸ ਨੂੰ ਕੰਟੈਕਟ ਕਰਨਾ ਆ ਜਾਂ 911 ਨੂੰ 911 ਓਕੇ ਕਾਲ 911 ਹਾਂਜੀ ਸਿਰਫ ਤੁਸੀਂ ਫੋਨ ਕਰਕੇ ਕਹਿਣਾ ਆਈ ਐਮ ਬੀਇੰਗ ਫੋਲੋਡ ਦੈਟਸ ਇਟ ਓਕੇ ਸੋ ਇਟ ਡਸਨਟ ਮੈਟਰ ਜੇ ਤੁਹਾਨੂੰ ਰੂਲਸ ਬ੍ਰੇਕ ਕਰਨੇ ਪੈਂਦੇ ਯੂ ਸ਼ੁਡ ਜਸਟ ਡੂ ਦੈਟ ਰਾਈਟ ਕਾਲ 911 ਇਫ ਯੂ ਆਰ ਬੀਇੰਗ ਫੋਲੋਡ ਇਨ ਅ ਵਹੀਕਲ ਔਰ ਬਾਈ ਫੁੱਟ ਤੁਹਾਡੇ ਕੋਈ ਪਿੱਛੇ ਉਹ ਪਿੱਛਾ ਕਰ ਰਿਹਾ ਤੁਹਾਡਾ ਜਾਂ ਉਹ ਕਾਰ ਦੇ ਵਿੱਚ ਹੈ ਜਾਂ ਉਹ ਪੈਦਲ ਤੁਹਾਡੇ ਮਗਰ ਆ ਰਿਹਾ ਹੈ ਕਾਲ 911 ਐਂਡ ਜਸਟ ਸੇ ਆਈ ਐਮ ਬੀਇੰਗ ਫੋਲੋਡ ਇਹ ਸਾਡੀ ਡਿਊਟੀ ਹੈਗੀ ਹੈ ਕਿ ਆਈ ਵਿਲ ਗੈਟ ਯੂ ਦ ਅਪਰੋਪਰੀਏਟ ਹੈਲਪ ਦੈਟ ਯੂ ਨੀਡ Okay, thank you. And you need to go, if you're being followed in a car or on foot, you need to go to a public location, like a 7-Eleven or a Denny's or someplace that's open, okay, so that we can find you. That is the first step, okay? So look around, find a public place, stop there, and the police will come and help you. ਕਈ ਵਾਰੀ ਬੜੀ ਕਨਫਿਊਜ਼ਨ ਹੁੰਦੀ ਹੈ ਕਿ ਸਾਨੂੰ ਪੁਲਿਸ ਨੂੰ ਇਨਵੋਲਵ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ ਸੋ ਕਈ ਵਾਰੀ ਮੋਸਟ ਆਫ ਟਾਈਮਸ ਲਾਈਕ ਸੁਣੀਦਾ ਕਿ ਨਹੀਂ ਸੈਟਲਮੈਂਟ ਹੁੰਦੀ ਹੈ ਜਾਂ ਕਿਵੇਂ ਵੀ ਆ ਸੋ ਇੱਥੇ ਕਈ ਵਾਰੀ ਲੇਡੀਜ਼ ਇਸ ਪੁਆਇੰਟ 'ਤੇ ਮੋਸਟਲੀ ਕਲੀਅਰ ਨਹੀਂ ਹੁੰਦੀਆਂ ਸੋ ਸਾਨੂੰ ਪੁਲਿਸ ਨੂੰ ਉਸ ਟਾਈਮ ਇਨਵੋਲਵ ਕਰਨਾ ਚਾਹੀਦਾ ਮਾਈਨਰ ਦੇ ਵਿੱਚ ਕਿ ਨਹੀਂ ਕਰਨਾ ਚਾਹੀਦਾ ਜੇ ਤੁਹਾਨੂੰ ਲੱਗਦਾ ਵੀ ਐਕਸੀਡੈਂਟ ਹੈਗਾ ਤੁਹਾਡੇ ਦਿਮਾਗ 'ਚ ਕੁਐਸਚਨ ਆ ਗਿਆ ਵੀ ਮੈਂ 911 ਫੋਨ ਕਰਾਂ ਕਿ ਨਾ ਕਰਾਂ ਕਰ ਦਿਓ ਜੇ ਛੋਟਾ ਜਿਹਾ ਐਕਸੀਡੈਂਟ ਹੈਗਾ ਮਾਈਨਰ ਐਕਸੀਡੈਂਟ ਹੈਗਾ ਤਾਂ ਉਹ ਪੁਲਿਸ ਨੇ ਤੁਹਾਨੂੰ ਦੱਸ ਦੇਣਾ ਹੈਗਾ ਵੀ ਤੁਸੀਂ ਇਹ ਸਟੈਪਸ ਹੈਗੇ ਤੁਸੀਂ ਦਿਸ ਇਜ਼ ਵਟ ਯੂ ਫੋਲੋ ਆਫਟਰ ਸੋ ਜੇ ਸਾਨੂੰ ਲਾਈਕ ਮਨ 'ਚ ਆਉਂਦਾ ਕਿ ਜਾਂ ਇਸ ਸਿਚੁਏਸ਼ਨ ਨੂੰ ਅਬਜ਼ਰਵ ਕਰਕੇ ਫਿਰ ਸਾਨੂੰ ਕਾਲ ਕਰਨਾ ਚਾਹੀਦਾ ਮਨ 'ਚ ਤੁਹਾਡੇ ਆਉਂਦਾ 911 ਫੋਨ ਕਰਾਂ ਜਾਂ ਨਾ ਕਰਾਂ ਕਰੋ ਕਰ ਦਿਓ ਖੜਕਾ ਦਿਓ ਸੋ ਦੇਰ ਇਜ਼ ਅ ਆਪਸ਼ਨ ਲਾਈਕ ਕਿ ਕਰ ਸਕਦੇ ਹਾਂ ਜਾਂ ਨਹੀਂ ਕਰ ਸਕਦੇ ਯਾ ਬਿਲਕੁਲ ਕਰੋ ਫੋਨ So that's my question only because the, sometimes we are confused like we should call or not, right? Yeah, if, so this if is you our... have that question in your mind, should I call or not, always call. Okay, thank you. Yeah. So after knowing address to baad, what is the phone number you're calling from? This is our fourth question because in case study line cut jandi hai, I can call you back. Fair question on that, okay, tell me exactly what happened. Four questions to baad, fair. Tell me what happened.
But if you know all the answers to these questions, you know the address, you know the phone number, you know the police, you know the police, you know the police, you know the Calgary, this works like this. Patta, pat, andi, then. HR question kuch nahi hunde fir. Aur tere mainu kya kya hai 911 wale bahut question puchde hai, bahut sawal puchde hai. Ambulance aandi nahi hai ki sawal puchte hai, sawal to sawal puchhi jande hai gaya. But as an emergency communications officer, I am obligated. Mainu je ambulance request aayi hai ki ambulance di call hai ki hai, I have to enter the call within 60 seconds. 60 seconds de vich main call enter karke dispatch ho jani hai ambulance. उस तो बाद जिन्हें भी क्वेश्चन आने वो आ रहे हैं तो मैं तुम्हें क्वेश्चन से क्वेश्चन पूछने ये मतलब यही नहीं हैगा कि एम्बुलेंस नहीं आ रही हैगी है एम्बुलेंस इज ऑलरेडी ऑन द वे एंड जे फायर हैगी है फायर कॉल गोज इन विद इन 30 सैकेंड्स 30 घंटा के विच विच फायर इंजन विद डिस्पैच हो जाना है ओके वी हैव आवर नॉन इमरजेंसी लाइंस ओके इफ यू आर नॉट श्योर कॉल 911 ओके वी आंसर Emergency and non-emergency. The only difference is 911 comes first. That's all. Same people. India phone hunda hai gaya. Sab to pehle ki karna hai phone? Nahin katna. Don't put the phone down. Stay on the line. Talk to us. Ji residential, business, koi bhi landline to phone karna hai, police will go. They will go. Tusi jinna marji keh lo, sab kuch theek hai. We understand. Sanu pata ki sab kuch theek hai. Asi bas jaake make sure karna sab kuch theek hai. Bas. Over on the table here, we have stickers. Okay, we'd like everyone to take one. You can put this on your fridge. It won't leave a mark. You can take it on and off. Write your address and your phone number, okay? Because you know your address and your phone number, but your family who's visiting you, maybe they don't know your address. Okay, so it's a very good thing you can put this on your fridge. Okay, so make sure you take one or take more. Okay, and the last thing is, we are everyone's 911. We don't care what country you came from, we don't care how much money you make, we don't care how old you are or how young you are, we work for everyone. Okay, so you can call us anytime. Thank you very much. What a job, madam.